بسم اللہ الرحمن الرحیم. السلام علیکم ویورز، کیا چاہ ٹھیک ٹھاک ہوگا؟ اللہ دے کرم فضل شکر دینا، آج دا بلاگ کرنے شروع. سارے ہیں پہلے سب نو میرے طرف عید مبارک بہتی بہتی جو نہیں ہو سکے. الحمدللہ خیری خیری دی نال روزے بھی لنگے، کہ انشاءاللہ عید ہے. صبح صبح دا ٹائم ہے تے میں ایتھے ماں دے نال کار موبائل چارج لانا ہے، کیونکہ ہاڈا ہو جائے نا سوچ جتھے میں چارج لانا وہ ہل جاندا وے، تے میں چلو فی الحال تے اچھا ضرورت ہی ابھی بیٹری ٹائم چارج لایا وے. ساڑھے سات بجے ساڈے پنڈ جماعت ہونی ہے عید کی، تے اپنے کام شام ملی تے مقام کھولے نے ڈنگروں پانی لانا والا رہندا پیا تو ہادی آیا تے ہادی تے میں ڈانے پیا. میں ہم دوڑ کے مزاق میں موبائل پھڑ لیا وا تے پھر تیاری کریے. ہر طرف خوشی کا سماں ہے جی، ہر طرف دادے ہری آ کے ویلی بیٹھے نے، ابو ہاں دے دوست نے، تے وہ آ کے تے جمعے والے دن نا بعد چ رکھ دیں تے ڈانے تے پانی دو ڈنگر ہڑیا وے تے کٹے کٹے چ وڈے کٹے نوں کھول ਸਾਨੂੰ ਡਾਂਸ ਤੋਂ ਬਾਅਦ ਤਿਆਰ ਹੋਈਏ ਅਤੇ ਚਲੀਏ ਮਹਾਂਦੇਵ. ਕੱਚੇ ਸੇਵੀਆਂ ਮੈਨੂੰ ਬਹੁਤ ਜ਼ਿਆਦਾ ਪਸੰਦ ਨੇ ਅਤੇ ਅਸੀਂ ਕੱਲ੍ਹ ਗਏ ਹਾਂ ਅਤੇ ਮਹਾਰਾਜ ਕੇ ਤੋਂ ਲੈ ਕੇ ਆਏ ਹਾਂ ਅਤੇ ਉਹ ਮੇਰਾ ਰਾਹ ਕਿੰਨਾ ਹੜੀਆਂ ਹਨ ਉਹ ਮੈਂ ਸੁਬਹ ਉੱਠ ਕੇ ਥੋੜ੍ਹੀਆਂ ਖਾਧੀਆਂ ਨੇ ਅਤੇ ਹੁਣ ਕੋਈ ਵੀ ਚੀਜ਼ ਖਾਣ 'ਚ ਦਿਲ ਨਹੀਂ ਘੱਟਦਾ ਪਿਆ. ਹਾਲਾਂਕਿ ਸੁਨਤ ਮੁਬਾਰਕਾਂ ਦੇ ਤੁਸੀਂ ਸੱਤ ਖਜੂਰਾਂ ਵੀ ਖਾ ਸਕਦੇ ਹੋ ਜਾਂ ਸੇਵੀਆਂ ਵਗੈਰਾ ਜੋ ਵੀ ਮਿੱਠੀ ਚੀਜ਼ ਈਦ ਦੀ ਨਮਾਜ਼ ਪੜ੍ਹਨ ਤੋਂ ਪਹਿਲੇ ਤੁਸੀਂ ਖਾ ਸਕਦੇ ਹੋ. 7:30 ਵੀ ਸਾਡੇ ਪਿੰਡ ਜਮਾਤ ਹੋਣੀ ਹੈ ਈਦ ਦੀ ਅਤੇ ਆਈਏ ਫਿਲਹਾਲ ਕਿਤੇ ਕੋਈ ਪਤਾ ਉਲਟਾ ਨਹੀਂ. ਸਾਰੇ ਲੋਕ ਧੜਾ ਧੜ ਮੈਂ ਸੁਬਾਹ ਨਮਾਜ਼ ਪੜ੍ਹਨ ਗਿਆ ਹਾਂ ਭੱਜੇ ਟਾਈਮ ਅਤੇ ਉਦੋਂ ਸਾਰੇ ਲੋਕ ਨਾ ਆਪਣੇ ਜਿਹੜੇ ਵਿਹਲੀ ਦੇ ਕੰਮ ਦੇ ਮੁਕਾਉਂਦੇ ਪਏ ਹਨ, ਕੋਈ ਪੱਠੇ ਕੁੱਤਰਦਾ ਪਿਆ, ਕੋਈ ਡੰਗਰਾਂ ਨੂੰ ਬੰਨਦਾ ਪਿਆ, ਕੁਝ ਮਤਲਬ ਅੱਜ ਈਦ ਹੈ ਨਾ ਅਤੇ ਲੋਕਾਂ ਕੱਲ੍ਹ ਦੇ ਐਡਵਾਂਸ ਪੱਠੇ ਵਾਲੇ ਨਹੀਂ ਵਾਲੇ ਨੇ. ਮੈਂ ਸੁਬਾਹ ਕੁੱਤਰਨ ਵਾਲਾ ਹਾਂ, ਚੈਸ਼ ਕਰਨੇ ਪਏ ਹਨ ਕਿ ਨਹੀਂ ਯਾਰ ਖਰਾਬ ਹੋਈ ਜਾਂਦੇ ਪੱਠੇ ਤਾਂ ਤੁਸੀਂ ਮੈਂ ਕੁੱਤਰਨਾ ਗਾ ਅਤੇ ਮੈਂ ਹਾਂ ਅਸੀਂ ਫਿਰ ਨੱਟ ਨੱਟ ਕਹਿੰਦੇ ਤੁਸੀਂ ਖੇਡਦੇ ਚੁਣਦੇ ਕੋਈ ਮਸਲਾ ਨਹੀਂ. ਅੱਜ ਈਦ ਗਾਇਜ਼ ਆਪਣੇ ਕੰਮ ਸ਼ਮ ਘਾ ਲਏ ਨੇ ਅਤੇ ਇਹ ਮੇਰਾ ਕੱਪੜੇ ਨੇ ਯਾਰ ਜਿਹੜੇ ਮੈਂ ਪਾਉਣੇ ਨੇ ਅੱਜ, ਤੁਸੀਂ ਵੇਖ ਆ ਗਏ ਸਲਵਾਰ ਕਮੀਜ਼ ਅਤੇ ਹੁਣ ਤਿਆਰ ਹੋਈਏ ਅਤੇ ਚਲੀ ਗਏ ਮਹਾਂ ਜੈਸੇ. ਫਾਈਨਲੀ ਗੱਲ ਮੈਂ ਹੋ ਗਿਆ ਤਿਆਰ, ਤੁਸੀਂ ਵੇਖ ਸਕਦੇ ਹੋ ਜੁੱਤੀ ਮੈਂ ਨਹੀਂ ਦੂਸਰੀ ਭਾਈ, ਕਿਉਂਕਿ ਮਹਾਂ ਜੇ ਟਾਈਮ ਜਾ ਕੇ ਨਾ ਨਵੀਂ ਜੁੱਤੀ ਮੈਂ ਪਾਉਂਦਾ ਕੋਈ ਨਹੀਂ ਆ ਕੇ ਪਾਵਾਂਗੇ ਅਤੇ ਹੁਣ ਚਲੀ ਗਏ ਮਹਾਂ ਜੈਸੇ. ਘਰ ਸਾਹਿਬ ਵੀ ਆ ਗਏ ਨੇ ਅਤੇ ਹੁਣ ਤੁਬਾ ਕਰਦੇ ਪਏ ਹਨ ਅਤੇ ਦੋ ਤਰ੍ਹਾਂ ਮਿੰਟ ਰਹਿ ਗਏ ਨੇ 7:30 ਜਮਾਤ ਹੋਣ 'ਚ ਅਤੇ ਹੁਣ ਚਲੀ ਗਏ ਜੀ. ਹਾਦੀ ਵੀ ਤਿਆਰ ਹੋ ਕੇ ਆ ਗਿਆ, ਚਲੀਏ ਫਿਰ ਮਹਾਜ 'ਚ. ਚਲੋ ਮਹਾਜ 'ਚ ਰਾਸ਼ੀ ਬੜਾ ਹੋਈ ਜੁੱਤੀਆਂ ਨੇ. ਹਾਂ ਇਹ ਬੜੀ ਕਾਮ جب نیت کر لے تبھی کام کرے گی اکبر، جب ہاتھ مان لیے تو پھر سارے پڑھیں گے سبحان ਮੁਬਾਰਕ ਤੁਸੀਂ ਮਿਲੇ ਨਹੀਂ, ਤੁਸੀਂ ਤਾਂ ਮਿਲੇ ਨਹੀਂ ਬੂਟ ਬਾਲ ਆਓ ਬੂਟ ਠੀਕ ਆ. ਸਾਰਿਆਂ ਨੂੰ ਈਦ ਮੁਬਾਰਕ ਤੋਂ ਬਾਅਦ ਮਿਲਣ ਤੋਂ ਬਾਅਦ ਨਾ
ਅਹੀ ਆ ਗਿਆ ਮਹਾਂਗੇ ਚ ਤੇ ਉਹਨਾਂ ਬੋਰੀ ਕਹਿੰਦੇ ਪਏ ਨੇ ਕਿ ਲੈ ਕੇ ਆਓ ਜੀ ਗੱਡੀ ਆ ਗਿਆ ਘਰ ਤੇ ਹੁਣ ਲਈਏ ਗੱਡੀ ਬੋਰੀ ਆ ਗਿਆ ਚਾਚਾ ਸਨਾ ਆਈ ਮੁਬਾਰਕ ਤੁਮ ਤਾਂ ਮੈਂ ਮਿਲੇ ਹੈ ਚਲੋ ਹੁਣ ਚਲੀਏ ਗੱਡੀ ਲੈਣ ਚਲੀਏ ਸਰ ਬਸਾਂ ਚਲੋ ਜੀ ਹਾਂ ਜੀ ਨੇ ਸੁਬਾਹ ਸੁਬਾਹ ਨੁਕਸਾਨ ਕਰਾ ਰਿਹਾ ਮੈਂ ਤੁਹਾਨੂੰ ਦੱਸਣਾ ਭੁੱਲ ਗਿਆ ਹਾਂ ਕੱਟਾ ਜਿਹੜਾ ਬੰਨਿਆ ਗਿਆ ਨਾ ਉਹ ਕੱਟੇ ਨੇ ਗੱਡੀ ਦਾ ਨਾ ਉਹ ਨੰਬਰ ਪਲੇਟ ਵੀ ਢਿੰਗੀ ਕੱਢ ਛੱਡੀ ਸੀ ਤੇ ਉਹ 16-5 ਹਜ਼ਾਰ ਜਿਹਾ ਨਾ ਬਹੁਤਾ ਹੀ ਤੇ ਉਹਨੇ ਨੰਬਰ ਪਲੇਟ ਨੂੰ ਢਿੰਗਾ ਕੱਢ ਛੱਡਿਆ ਟਕੜਾ ਮਾਰ ਮਾਰ ਕੇ ਤੇ ਨਾਲੇ ਉਹ ਛਾੜੇ ਦਾ ਸੀ ਵਿੱਚੋਂ ਪੇਚ ਉਹਨੇ ਖਰਾਬ ਕਰ ਛੱਡਿਆ ਤੇ ਹੁਣ ਗੱਡੀ ਦਾ ਵੀ ਨੁਕਸਾਨ ਇਹਨੇ ਕੱਢ ਛੱਡਿਆ ਵੇ ਚਲੋ ਕੋਈ ਗੱਲ ਨਹੀਂ ਅੱਜ ਜੀ ਇਹਦੇ ਅੱਜ ਕੋਈ ਗੁੱਸਾ ਨਹੀਂ ਕੱਢਣਾ ਨੋ ਕੰਪਰੋਮਾਈਜ਼ ਪਾਰਟੀ ਗੁੱਸਾ ਤੇ ਹੁਣ ਚੱਲੀਏ ਘਰ ਬਸਤਾਨ چلو یاسین کو کرا لیں گے ٹھیک میں گراڑی پوانی پچھلی وہ بھی انشاءاللہ ہو جائے گا کام وہ کوئی ٹینشن نہیں وہ کوئی نہیں ہوں ہونا گیا ہے نا کوئی نہ کچھ ਚਲੋ ਜੀ ਸਰ ਇਹੀ ਜਿਹੜੇ ਜੀ ਇਹੀ ਸੱਦੇ ਨਾ ਉਹਦੇ ਵਾਸਤੇ ਕਣਕ ਦੀ ਕਟਾਈ ਵਾਸਤੇ ਉਹ ਮਹਾ ਜਿਹੜੇ ਚਾਚੂ ਨਾਲ ਖਲੋਤੇ ਹਨ ਚਾਚਾ ਤਾਲ ਲਾਈ ਉੱਥੇ ਖਲੋਤੇ ਹਨ ਅਤੇ ਸਾਡੇ ਨਾਲ ਜੀ ਖਲੋਤੇ ਹਨ ਉੱਥੇ ਅਤੇ ਮਿਲਦੇ ਪੈਣ ਤਾਂ ਕਹਿੰਦੇ ਵੇ ਹਨ ਈਦ 'ਤੇ ਕਰ ਲਈਜੇ ਅਤੇ ਹੁਣ ਕਟਾਈ ਦਾ ਕਰਨਾ ਜੇ ਅਤੇ ਕਹਿੰਦੇ ਭਾਅ ਜੀ ਈਦੇ ਨਾ ਕੱਲ੍ਹ ਪਰਸੋਂ ਤੋਂ ਕੰਮ ਸ਼ੁਰੂ ਕਰ ਲਾਂਗੇ ਦਾਦਾ ਜੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਚਲੋ ਠੀਕ ਈਦ ਵਾਲਾ ਖੇਤਾਂ ਨੂੰ ਕਬਰਸਤਾਨ ਆ ਗਿਆ ਵੇਖ ਤੁਸੀਂ ਵੇਖ ਸਕਦੇ ਸਾਰੇ ਲੋਕ ਫੁੱਲ ਪਾਉਂਦੇ ਪਏ ਨੇ ਅਸੀਂ ਵੀ ਫੁੱਲ ਪਾਈਏ ਮਹਾਤਮਾ ਦਾ ਫੁੱਲ ਸਾਰੇ ਭੱਗ ਗਈਆਂ ਨੇ سارے لوگ اپنے مرحومین مل کے جانے دعاواں شعاواں منگتے ہیں فل وغیرہ پاندے ہیں تو انہوں نے سواب پہنچاتے ہیں سارے نوں آنا چاہیے گا تاکہ اج ہی آواں گے ਅਤੇ ਕੱਲ੍ਹ ਨੂੰ ਸਾਡੀਆਂ ਕੌਣ ਤਾਂ ਕੋਈ ਆਏਗਾ ਉਹ ਆ ਗਏ ਹਾਂ ਅਤੇ ਹੁਣ ਅੱਬੂ ਅਤੇ ਜਿੰਨੇ ਵੀ ਸਾਡੇ ਜੀਨ ਨਾ ਸਾਰਿਆਂ ਕੋਲ ਅੱਬੇ ਹਰਾਂ ਤੋਂ ਲੈ ਕੇ ਸਾਰਿਆਂ ਤੋਂ ਜਿੰਨੇ ਜੀਨ ਨੇ ਸਾਰਿਆਂ ਕੋਲ ਈਦ ਲੈਣੀ ਹੈ ਫਿਲਹਾਲ ਤਾਂ ਮੈਨੂੰ ਈਦ ਹੋ ਗਈ 1800 ਰੁਪਈਆ ਠੀਕ ਹੈ ਈਦੂ ਪਹਿਲੇ ਮੈਨੂੰ ਉਧਾੜ ਹੋ ਗਈ ਸੀ ਅਤੇ 100 ਜਿਹੜੇ ਦਾਦੇ ਦੀ ਉੱਥੇ ਬੈਠੇ ਹਨ ਕੁਰਸੀ 'ਤੇ ਅਤੇ ਉਹਦੇ ਤੋਂ ਪਹਿਲੇ ਹੁਣ ਜਿੰਨੀ ਈਦ ਮੈਂ ਅੱਬੂ ਹਰਾਂ ਨੂੰ ਆਉਂਦੀ ਵਕਤ ਕਹਿੰਦਾ ਪਿਆ ਬਾ ਮੈਂ ਸਾਰਿਆਂ ਦਾ ਵੱਡਾ ਭੋਸਰਾ ਹਾਂ ਮੈਂ 500 ਤੋਂ ਘੱਟ ਈਦ ਨਹੀਂ ਲੈਣੀ ਨਾਲੇ ਭਾਅ ਜੀ ਮੰਗਾਈ ਹੋ ਕਿਉਂ ਨਹੀਂ ਸਰ ਸਾਹਿਬ ਮੰਗਾਈ ਹੋ ਗਈ ਜੀ ਤੂੰ ਸਾਰਿਆਂ ਘੀ ਦੇ ਦਈਏ ਚਾਚੂ ਬਾਜੀ ਵਿਰਾਹ 'ਚ ਲੱਭੇ ਹਨ ਪਰ ਉਹ ਜੀ ਮੇਰੇ ਢੇਰ ਨਹੀਂ ਕਹਿ ਰਹੇ ਮੰਗਾਏ ਜਾਈਏ ਥੋੜ੍ਹੀ ਈਦ ਲੱਭੀ ਹੈ
ये बड़े ज्यादा जी रहे शॉर्ट ब्लॉग है पार्ट दो पार्ट कर लैने ब्लॉग के क्योंकि ब्लॉग थोड़ा लम्मा ते इस वक्त दो पार्ट कर लैने ते पहले पार्ट का करने काम बाकी हम तुम मिलेंगे नैक्सट पार्ट से कित जाना नहीं तुम साड़ी वीडियो स्किप नहीं करना वीडियो पूरी देखनी लाइक भी करना शेयर भी करना चैनल सब्सक्राइब लाजमी करना बहुत सारे प्यार देना अल्लाह हाफिज़।